ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਆਨਲਾਈਨ ਦੁਨੀਆ ਦੀ ਅਸੀਂ ਗੱਲ ਕਰੀਏ ਤਾਂ ਅੱਜ ਅਸੀਂ ਹਰ ਇੱਕ ਗੱਲ ਵਾਸਤੇ ਆਨਲਾਈਨ ਨੈਟਵਰਕਿੰਗ ਦੇ ਉੱਪਰ ਨਿਰਭਰ ਹੋ ਗਏ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜੋ ਵੀ ਸਾਡੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਅਸੀਂ ਕੁਝ ਖਾਣਾ ਹੈਗਾ ਅਸੀਂ ਕੁਝ ਹੰਡਾਣਾ ਹੈਗਾ ਅਸੀਂ ਕੱਪੜੇ ਖਰੀਦਣੇ ਨੇ ਜਾਂ ਅਸੀਂ ਕਾਰਾਂ ਗੱਡੀਆਂ ਖਰੀਦਣੀਆਂ ਨੇ ਤਾਂ ਅਸੀਂ ਪਹਿਲਾਂ ਨੈਟ ਦੇ ਉੱਪਰ ਸਰਚ ਕਰਦੇ ਹਾਂ ਜਿੱਥੇ ਨੈਟ ਨੇ ਸਾਡੀ ਲਾਈਫ ਨੂੰ ਇੱਕ ਕਨਵੀਨੀਅੰਟ ਤੇ ਆਸਾਨ ਬਣਾ ਦਿੱਤਾ ਹੈ ਉੱਥੇ ਹੀ ਦੂਸਰੇ ਪਾਸੇ ਇਹਦੇ ਸਾਈਡ ਇਫੈਕਟਸ ਵੀ ਬਹੁਤ ਜ਼ਿਆਦਾ ਨੇ ਜਿੰਨਾ ਕਰਕੇ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜੋ ਮਿਹਨਤ ਦੇ ਪੈਸੇ ਹੈਗੇ ਨੇ ਉਹ ਕੁਝ ਚੋਰ ਲੁਟੇਰੇ ਕਿਸਮ ਦੇ ਲੋਗ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਕਢਾ ਕੇ ਚਲੇ ਜਾਂਦੇ ਨੇ ਅੱਜ ਅਸੀਂ ਇੱਕ ਅਜਿਹੀ ਤੁਹਾਨੂੰ ਸੱਚੀ ਗੱਲ ਸੁਣਾ ਰਹੇ ਹਾਂ ਕਿ ਸੁਣ ਕੇ ਦੰਦਾ ਥੱਲੇ ਅਜੀਬ ਆ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਚੋਰੀ ਦੇ ਠੱਗੀ ਦੇ ਸਾਧਨ ਵੀ ਅੱਜ ਜੋ ਚੋਰ ਹੈਗੇ ਨੇ ਉਹ ਅਜ ਮਾਰੇ ਨੇ ਦਰਸਲ ਅਸੀਂ ਜਦੋਂ ਬੈਂਕ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਾਨੂੰ ਬੜੇ ਖੁਸ਼ ਹੋ ਕੇ ਬੈਂਕਿੰਗ ਜਿਹੜੇ ਅਫੀਸ਼ੀਅਲ ਹੈਗੇ ਨੇ ਉਹ ਦੱਸਦੇ ਨੇ ਜੀ ਕਿ ਸਾਡੇ ਬੈਂਕ ਦੇ ਉੱਤੇ ਤਾਂ ਤੁਸੀਂ ਔਨ ਨੈੱਟ ਬੈਂਕਿੰਗ ਵੀ ਕਰ ਸਕਦੇ ਹੋ ਔਨਲਾਈਨ ਵੀ ਸਾਡਾ ਆਪਣਾ ਤੁਸੀਂ ਬੈਲੈਂਸ ਚੈੱਕ ਕਰ ਸਕਦੇ ਹੋ ਔਨਲਾਈਨ ਵੀ ਤੁਸੀਂ ਟ੍ਰਾਂਜੈਕਸ਼ਨ ਕਰ ਸਕਦੇ ਹੋ ਇਸੇ ਚੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕ ਔਨਲਾਈਨ ਜੋ ਬੈਂਕਿੰਗ ਹੈ ਇਹ ਉਹਦੇ ਉੱਪਰ ਵੀ ਨਿਰਭਰ ਕਰਦੇ ਨੇ ਪਰੰਤੂ ਸਾਡੇ ਸਾਹਮਣੇ ਇੱਕ ਅਜਿਹੇ ਕਿੱਸਾ ਸੁਣਨ ਦੇ ਵਿੱਚ ਆਇਆ ਕਿ ਇੱਕ ਵਿਅਕਤੀ ਵੱਲੋਂ ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਹਰੀਸ਼ ਗੁਲਾਟੀ ਜੀ ਉਹਨਾਂ ਨੇ ਸਿਰਫ ਬੈਲੈਂਸ ਆਪਣਾ ਚੈੱਕ ਕਰਨਾ ਚਾਹਿਆ ਆਪਣੇ ਨੈੱਟ ਦੇ ਉੱਪਰ ਤਾਂ ਉਹਨਾਂ ਦੇ ਖਾਤੇ ਦੇ ਵਿੱਚੋਂ ਇੱਕ ਰਾਤ ਦੇ ਵਿੱਚ ਹੀ 13 ਲੱਖ ਰੁਪਏ ਨਿਕਲ ਗਿਆ ਇੱਕ ਆਮ ਲੇਮਨ ਕਾਮਨ ਮੈਨ ਜਿਸਨੇ ਪਤਾ ਨਹੀਂ ਕਿੰਨੀਆਂ ਮੁਸੀਬਤਾਂ ਚੱਲ ਕੇ ਇਹ 13 ਲੱਖ ਰੁਪਏ ਜਮ੍ਹਾਂ ਕੀਤਾ ਹੋਵੇਗਾ ਤੇ ਉਹਦੇ ਇੱਕ ਹੀ ਰਾਦੇ ਵਿੱਚ ਉਹਨੂੰ ਇਹ ਠੱਗੀ ਵੱਜ ਜਾਵੇ ਕਿ ਠੱਗੀ ਵੀ ਕੁਝ ਇਸ ਤਰ੍ਹਾਂ ਦੇ ਚੋਰਾਂ ਵੱਲੋਂ ਮਾਰੀ ਗਈ ਹੋਵੇ ਕਿ ਜਿਹੜੇ ਨਾ ਤਾਂ ਠੱਗੀ ਮਾਰਨ ਵਾਸਤੇ ਬੈਂਕ ਤੱਕ ਪਹੁੰਚੇ ਅਤੇ ਨਾ ਹੀ ਉਹਨਾਂ ਨੂੰ ਇਹ ਜ਼ਰੂਰਤ ਪਈ ਕਿ ਜਿਸ ਦੇ ਨਾਲ ਅਸੀਂ ਠੱਗੀ ਕਰ ਰਹੇ ਹਾਂ ਉਹ ਕੌਣ ਹੈ ਕਿਤੇ ਦਿੱਲੀ ਬੰਬੇ ਕਲਕੱਤਾ ਤੋਂ ਬੈਠ ਕੇ ਇਹ ਪੈਸੇ ਟਰਾਂਸਫਰ ਕੀਤੇ ਗਏ ਨੇ ਬਾਕੀ ਦੀ ਗੱਲਬਾਤ ਆਪਾਂ ਉਹਨਾਂ ਦੇ ਮੂੰਹ ਤੋਂ ਹੀ ਸੁਣਦੇ ਹਾਂ ਕਿ ਆਖਿਰ ਪੂਰਾ ਵਾਕਿਆ ਕੀ ਹੈ ਰਿਸ਼ਦੀ ਕਿਥਰੇ ਰਹਿਣ ਵਾਲੇ ਹੋ ਹਰਮੁਲਾਪਨਗਰ ਪਲਟਾਣਾ ਚਿਰਕਪੁਰ ਦਾ ਰਹਿਣ ਵਾਲਾ ਤੇ 30 ਤਰੀਕ ਸ਼ਾਮ ਨੂੰ 7 ਵਜੇ ਦੇ ਕਰੀਬ ਮੈਂ ਆਪਣੇ ਮੋਬਾਈਲ ਤੋਂ ਆਪਣਾ ਇੱਕ ਬੈਲੈਂਸ ਚੈੱਕ ਕਰਨ ਲਈ ਪੀਐਨਬੀ ਦੀ ਹੈਲਪਲਾਈਨ ਤੇ ਕਾਲ ਕਰੀ ਇਹ ਤੁਹਾਡਾ ਖਾਤਾ ਪੀਐਨਬੀ ਬੈਂਕ ਦੇ ਵਿੱਚ ਹੈਗਾ ਪੀਐਨਬੀ ਬੈਂਕ ਸੈਕਟਰ 856 ਵਿੱਚ ਮੇਰਾ ਖਾਤਾ ਹੈ ਅੱਛਾ ਸੇਵਿੰਗ ਅਕਾਊਂਟ ਸੀਗਾ ਜੀ ਇਹ ਅਕਾਊਂਟ ਹੈ ਮੈਂ ਕੁਝ ਪ੍ਰੋਪਰਟੀ ਲੈਂਡਿੰਗ ਆਪਣੀ ਪੂਰੀ ਜਿੰਨੀ ਵੀ ਮਿਹਨਤ ਸੀ ਪੈਸਾ ਕਮਾਇਆ ਉਸੇ ਅਕਾਊਂਟ 'ਚ ਪਿਆ ਸੀ ਮੇਰਾ 14 ਲੱਖ ਰੁਪਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੋਬਾਈਲ ਤੇ ਕਿਉਂ ਚੈੱਕ ਕਰਦੇ ਹੋ ਤੁਸੀਂ ਆਨਲਾਈਨ ਹੀ ਐਪ ਡਾਊਨਲੋਡ ਕਰ ਲਓ ਮੈਂ ਐਪ ਇਹ ਬੈਂਕ ਵਾਲਿਆਂ ਨੇ ਕਿਹਾ ਸੀ ਤੁਹਾਨੂੰ ਇਹ ਹੈਲਪਲਾਈਨ ਨੰਬਰ ਤੋਂ ਜਿੰਨਾਂ ਦੀ ਕਾਲ ਆ ਤੇ ਮੈਂ ਉਸ ਨੰਬਰ ਤੇ ਜਦ ਕਾਲ ਕਰਿਆ ਉਸ ਨੰਬਰ ਤੇ ਜਦ ਮੇਰੀ ਗੱਲਬਾਤ ਹੋ ਰਹੀ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਲਿੰਕ ਭੇਜ ਰਿਹਾ ਜੋ ਕਿ ਪਰਸਨਲ ਨੰਬਰ ਤੋਂ ਲਿੰਕ ਆਇਆ ਪ੍ਰਾਈਵੇਟ ਨੰਬਰ ਤੋਂ ਉਸ ਲਿੰਕ ਤੇ ਅਸੀਂ ਕਲਿੱਕ ਕਰਕੇ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਮੰਗੇਗੀ ਤੁਸੀਂ ਆਪਣੀ ਡਿਟੇਲਸ ਦਿਓ ਸਾਰੀ ਅਕਾਊਂਟ ਡਿਟੇਲਸ ਅਸੀਂ ਸ਼ੇਅਰ ਕਰਤੀਆਂ ਐ ਸੱਤ ਵਜੇ ਦੀ ਗੱਲ ਹੈ ਤੇ ਤਕਰੀਬਨ 12 ਵਜੇ 12 ਵਜੇ ਦੇ ਆਸ-ਪਾਸ ਅੱਧੇ ਘੰਟੇ ਦੇ ਅੰਦਰ-ਅੰਦਰ ਉਹਨਾਂ ਨੇ ਸਾਡੇ ਅਕਾਊਂਟ ਚੋਂ 11 ਲੱਖ ਰੁਪਏ ਵਿਡਰਾ ਕਰ ਲਏ ਜਿਹਦੀ ਕਿ ਚਾਰ ट्रांजੈਕਸ਼ਨ ਹੋਈਆਂ ਸਵੇਰੇ ਜਦੋਂ ਅਸੀਂ ਬੈਂਕ ਨੂੰ ਅਪਰੋਚ ਕਰਿਆ ਤਾਂ ਬੈਂਕ ਦੇ ਸਾਹਮਣੇ ਸਟਾਫ ਦੇ ਸਾਹਮਣੇ ਸਾਡੇ ਅਕਾਊਂਟ ਚੋਂ 2 ਲੱਖ ਰੁਪਏ ਫਿਰ ਨਿਕਲ ਗਏ। ਮਤਲਬ ਪੂਰਾ 13 ਲੱਖ ਰੁਪਏ ਨਿਕਲ ਗਿਆ। 13 ਲੱਖ ਰੁਪਏ ਨਿਕਲ ਗਿਆ। ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਸਾਡੇ ਕੋਲ ਕੋਈ ਕੋਡ OTP ਨਹੀਂ ਕੋਈ ਕੁਝ ਨਹੀਂ ਆ ਰਿਹਾ ਤੇ ਸਾਡੇ ਆਨਲਾਈਨ ਪੈਸੇ ਟਰਾਂਸਫਰ ਹੋ ਰਹੇ ਹਨ। ਤੁਸੀਂ ਉਹਨੂੰ ਇਹਨਾਂ ਨੂੰ ਰੋਕੋ। ਤੇ ਬੈਂਕ ਨੇ ਉਸ ਤੇ ਉਸੇ ਟਾਈਮ ਕਾਲ ਕਰਕੇ 2 ਲੱਖ ਰੁਪਏ ਨੂੰ ਰੋਕਿਆ। ਜਿਹੜਾ ਕਿ ਸ਼ਾਮ ਨੂੰ ਸਾਨੂੰ ਰਿਫੰਡ ਹੋਇਆ ਸਾਡੇ ਅਕਾਊਂਟ 'ਚ ਆਇਆ। ਤੇ 11 ਲੱਖ ਰੁਪਏ ਦਾ ਕੋਈ ਪਤਾ ਨਹੀਂ ਕਿੱਧਰ ਹੈ। ਬੈਂਕ ਨੂੰ ਮੈਂ ਬੈਂਕ ਮੈਨੇਜਰ ਨੂੰ ਰਿਕੁਐਸਟ ਕਰੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਪ੍ਰੋਸੈਸ ਕਰਦੇ ਹਾਂ ਦੇਖਦੇ ਹਾਂ ਉਸ ਤੋਂ ਬਾਅਦ ਮੈਂ ਪੰਚਕੂਲਾ ਪੁਲਿਸ ਚ ਗਿਆ ਦੋ ਤਿੰਨ ਜਗ੍ਹਾ ਅਪਰੋਚ ਕਰਿਆ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਹਰਬਿਲਾਪ ਡੈਗਰ ਪੰਜਾਬ ਰਹਿੰਦੇ ਹੋ ਤਾਂ ਪੰਜਾਬ ਚ ਜਾ ਕੇ ਕੰਪਲੇਂਟ ਕਰੋ ਅੱਜ ਇਸ ਗੱਲ ਨੂੰ ਦੋ ਦਿਨ ਹੋ ਗਏ ਹੁਣ ਮੈਂ ਪੰਜਾਬ ਚ ਕੰਪਲੇਂਟ ਕਰ ਰਿਹਾ ਤੇ ਮੈਨੂੰ ਇਹੀ ਉਮੀਦ ਹੈ ਆਪਣੇ ਪੁਲਿਸ ਡਿਪਾਰਟਮੈਂਟ ਤੋਂ ਪੰਜਾਬ ਪੁਲਿਸ ਤੋਂ ਕਿ ਇਸ 'ਚ ਮੇਰੀ ਮਦਦ ਕੀਤੀ ਜਾਏ ਮੇਰੀ ਹੈਲਪ ਹੋਏ ਹਰੀਜ਼ਦੀ 2200 ਕਿ ਜਦੋਂ ਤੁਸੀਂ ਬੈਂਕ ਬੈਂਕਿੰਗ ਜੋ ਨੈਟ ਬੈਂਕਿੰਗ ਸਰਚ ਕਰ ਰਹੇ ਸੀ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ OTP ਤੁਹਾਨੂੰ ਅਸੀਂ ਭੇਜ ਰਹੇ ਹਾਂ ਇਹ ਗੱਲਬਾਤ ਜਿਸ ਬੰਦੇ ਨਾਲ ਤੁਹਾਡੀ ਹੋ ਰਹੀ ਸੀ ਇਹ ਵੌਇਸ ਉਹਦੇ ਤੇ ਹੋ ਰਹੀ ਸੀ ਕਿ ਜਾਂ ਤੁਹਾਨੂੰ ਮੈਸੇਜ ਆ ਰਹੇ ਸੀ ਇਹ ਵੌਇਸ ਕਾਲ ਸੀ ਵੌਇਸ ਕਾਲ ਸੀਗਾ ਨੋਰਮਲ ਕਾਲ ਤੇ ਗੱਲ ਹੋ ਰਹੀ ਸੀ ਉਹਨਾਂ ਨੇ OTP ਇਹ ਜਿਹੜਾ ਨੰਬਰ ਸੀ ਵੌਇਸ ਕਾਲ ਦਾ ਇਹ ਬੈਂਕ ਦਾ ਬੈਂਕ ਦਾ ਕਿਸੇ ਉਹਨੂੰ ਉਹਦਾ ਨੰਬਰ ਸੀਗਾ ਤੁਸੀਂ ਬੈਂਕ ਦੀ ਸਾਈਡ ਤੇ ਨੰਬਰ ਮਲਾਇਆ ਸੀ ਗੂਗਲ ਤੇ ਜਾ ਕੇ ਆਨਲਾਈਨ ਪੀ ਐਨ ਬੀ ਹੈਲਪਲਾਈਨ ਨੰਬਰ ਆ ਰਿਹਾ ਸੀ ਉਹ ਨਹੀਂ ਮਿਲੇ ਤਾਂ ਉਹਦਾ ਦੂਜਾ ਨੰਬਰ ਆ ਗਿਆ ਉਸ ਤੇ ਮਿਲਾਇਆ ਪੀ ਐਨ ਬੀ ਹੈਲਪਲਾਈਨ ਆ ਰਿਹਾ ਹੈ ਠੀਕ ਹੈ ਫਿਰ ਪ੍ਰਾਈਵੇਟ ਨੰਬਰ ਤੇ ਉਹਨਾਂ ਨੇ ਮੈਨੂੰ ਜਿਹੜਾ ਲਿੰਕ ਭੇਜਿਆ ਮੈਂ ਉਸ ਤੇ ਕਲਿੱਕ ਕਰਤਾ ਉਸ ਤੋਂ ਬਾਅਦ 4 ਘੰਟੇ ਦੇ ਅੰਦਰ ਅੰਦਰ ਉਹਨਾਂ ਨੇ ਸਾਡੇ ਅਕਾਊਂਟ ਚ ਪੈਸੇ ਸਾਰੇ ਵਿਡਰਾ ਕਰ ਲਏ ਜੇ ਜਦੋਂ ਤੁਹਾਡੇ ਪੈਸੇ ਨਿਕਲ ਰਹੇ ਸੀਗੇ ਉਦੋਂ ਤੁਹਾਡੇ ਦਿਮਾਗ ਚ ਆਇਆ ਸੀ ਕਿ ਮੈਂ ਇਹਦੇ ਆਪਣਾ ਜਿਹੜਾ ਅਕਾਊਂਟ ਹੈਗਾ ਉਹਨੂੰ ਕਿਸੇ ਤਰ੍ਹਾਂ ਬੰਦ ਕਰਵਾਦ ਮਾਮਾ ਜਾਂ ਇਹਦੀ ਜੋ ट्रांजैक्शन ਹੋ ਰਹੀ ਹੈ ਮੈਂ 12:30 ਵਜੇ ਪੀਐਨਬੀ ਹੈਲਪਲਾਈਨ ਤੇ ਦੁਬਾਰਾ ਨੰਬਰ ਤੇ ਗੱਲ ਕਰੀ ਸੀ ਨੰਬਰ ਤੇ ਮੇਰੀ ਦੁਬਾਰਾ ਗੱਲ ਹੋਈ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਤੁਹਾਡਾ ਅਕਾਊਂਟ ਨੈਟ ਬੈਂਕਿੰਗ ਏਟੀਐਮ ਸਭ ਕੁਝ ক্লোਜ਼ ਕਰ ਦਿੰਨੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ক্লোਜ਼ ਕਰਤਾ ਮੇਰੇ ਕੋਲ ਉਹਦਾ ਕੰਪਲੇਂਟ ਨੰਬਰ ਵੀ ਹੈ ਲੇਕਿਨ ਉਸ ਤੋਂ ਬਾਵਜੂਦ ਹੀ ਸਵੇਰੇ ਅਕਾਊਂਟ ਚੋਂ 2 ਲੱਖ ਰੁਪਏ ਨਿਕਲੇ ਬੈਂਕ ਦੇ ਵਿੱਚ ਉਸ ਟਾਈਮ ਮੈਂ 10:04 ਤੇ ਇਹ ट्रांजैक्शन ਹੋਈ ਬੈਂਕ ਦੇ ਸਾਹਮਣੇ ਤਦ ਬੈਂਕ ਦੇ ਇੰਸ਼ੋਰੈਂਸ ਤੋਂ ਬਾਅਦ ਵੀ ਤੁਹਾਡੇ ਖਾਤੇ 'ਚ 2 ਲੱਖ ਨਿਕਲ ਗਿਆ ਮੈਂ ਰਾਤ ਨੂੰ ਕੰਪਲੇਂਟ ਹੈ ਮੇਰੇ ਕੋਲ ਉਸ ਕੰਪਲੇਂਟ ਨੰਬਰ ਹੈ ਉਸ ਤੋਂ ਬਾਅਦ ਵੀ ਸਵੇਰੇ 2 ਲੱਖ ਰੁਪਏ ਨਿਕਲ ਗਿਆ ਰਿਸ਼ਕ ਲਾਟੀ ਜੀ ਇੱਕ ਮੈਂ ਹੋਰ ਚੀਜ਼ ਜਾਨਣਾ ਚਾਹੁੰਗਾ ਤੁਹਾਡੇ ਤੋਂ ਕਿ ਜਿਹੜੇ ਇਹ ਪੈਸੇ ਤੁਹਾਡੇ ਖਾਤੇ 'ਚ ਟ੍ਰਾਂਸਫਰ ਹੋਏ 11 ਲੱਖ ਰੁਪਏ ਦੀਆਂ ਚਾਰ ਟ੍ਰਾਂਜੈਕਸ਼ਨਾਂ ਤੁਸੀਂ ਕਹਿ ਰਹੇ ਹੋ ਇਹ ਕਿਹੜੇ-ਕਿਹੜੇ ਅਕਾਊਂਟ 'ਚ ਹੋਏ ਤੇ ਕੀ ਤੁਹਾਨੂੰ ਇਹ ਪਤਾ ਲੱਗਿਆ ਬੈਂਕ ਦੇ ਥਰੂ ਕਿ ਇਹ ਕਿਹੜੇ-ਕਿਹੜੇ ਸ਼ਹਿਰ ਤੋਂ ਹੋਏ ਸੀਗੇ ਸਾਨੂੰ ਬੈਂਕ ਨੇ ਇਹ ਕਿਹਾ ਕਿ ਇਹ ਤੁਹਾਡੇ 4-5 ਖਾਤੇ 'ਚ ਗਏ ਨੇ ਲੇਕਿਨ ਸਾਨੂੰ ਬੈਂਕ ਨੇ ਤੇ ਕਿਦੇ ਨਾਮ ਤੇ ਗਏ ਮਤਲਬ ਬੈਂਕ ਕੋਲ ਪੂਰੀ ਡਿਟੇਲ ਹੈ ਪੂਰੀ ਬੈਂਕ ਕੋਲ ਤਾਂ ਡਿਟੇਲ ਨੇਚਰਲੀ ਹੋਏਗੀ ਲੇਕਿਨ ਉਹਨਾਂ ਨੇ ਸਾਨੂੰ ਪੂਰੀ ਡਿਟੇਲ ਨਹੀਂ ਦਿੱਤੀ ਤੇ ਫਿਰ ਅੱਗੇ ਕੀ ਕਰਨ ਵਾਸਤੇ ਕਿਹਾ ਬੈਂਕ ਵਾਲੇ ਨੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਈਬਰ ਕ੍ਰਾਈਮ ਚ ਜਾਓ ਜਾ ਕੇ ਕੰਪਲੇਂਟ ਕਰੋ ਪੁਲਿਸ ਕਾਰਵਾਈ ਕਰੇਗੀ ਜੋ ਹੋਏਗੀ ਉਸ ਤੋਂ ਬਾਅਦ ਦੇਖਾਂਗੇ ਮਤਲਬ ਇਸ ਤਰ੍ਹਾਂ ਦਾ ਤੁਹਾਨੂੰ ਇੰਸ਼ੋਰੈਂਸ ਦਿੱਤਾ ਕਿ ਅਸੀਂ ਇਹ ਪੈਸੇ ਤੁਹਾਡੀ ਤਾਂ ਗਲਤੀ ਨਹੀਂ ਹੈਗੀ ਇਹਦੇ ਵਿੱਚ ਖੈਰ ਕੋਈ ਕਿ ਤੁਸਤੇ ਆਪਣੇ ਵੱਲੋਂ ਬੈਂਕ ਦੇ ਬੈਂਕ ਦੇ ਜੋ ਗਿਵਨ ਨੰਬਰਸ ਸੀਗੇ ਤੁਸਤੇ ਉਹਦੇ ਉੱਤੇ ਗੱਲ ਕੀਤੀ ਤੇ ਬੈਂਕ ਵਾਲਿਆਂ ਨੇ ਇਹ ਅਸ਼ੋਰੈਂਸ ਦਿੱਤੀ ਕਿ ਕਿੰਨੇ ਪੈਸੇ ਤੁਸੀਂ ਅਸੀਂ ਵੀ ਰਿਸਪੌਂਸਿਬਿਲਟੀ ਲੈਣੇ ਆ। ਐਸਾ ਕੁਝ ਨਹੀਂ ਕਿਹਾ ਬੈਂਕ ਨੇ ਐਸਾ ਕੁਝ ਨਹੀਂ ਕਿਹਾ ਕਿ ਅਸੀਂ ਕੋਈ ਰਿਸਪੌਂਸਿਬਿਲਟੀ ਲੈ ਰਹੇ ਆ ਜਾਂ ਤੁਹਾਨੂੰ ਪੈਸੇ ਦਾਂਗੇ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ। ਆਏ ਨੇ ਕਿਹਾ ਵੀ ਤੁਹਾਡੇ ਪੈਸੇ ਵਾਪਸ ਆ ਜਾਣਗੇ। ਐਸਾ ਕੁਝ ਨਹੀਂ ਕਿਹਾ। ਕੀ 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 ਕਹਿਣਾ ਚਾਹੁੰਦੇ ਹੋ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਆ? ਇਹ ਹੀ ਮੈਸੇਜ ਹੈ ਮੇਰੇ ਵੱਲੋਂ ਕਿ ਪਰਸਨਲੀ ਤਾਂ ਕਿ ਮੇਰੀ ਇਸ ਚ ਹੈਲਪ ਕੀਤੀ ਜਾਏ। ਤੇ ਆਮ ਵੀ ਕਿਸੇ ਵੀ ਹੋਰ ਪਬਲਿਕ ਨਾਲ ਕੋਈ ਵੀ ਇਹੋ ਜਿਹਾ ਕੰਮ ਨਾ ਹੋਏ ਮੇਰੀ ਤਾਂ ਪੂਰੀ ਪੂੰਜੀ ਸੀ ਜਿਹੜੀ ਕਿ ਚਲੀ ਗਈ ਮੈਂ ਤਾਂ ਇਹੀ ਮੈਸੇਜ ਹੈ ਕਿ ਪੁਲਿਸ ਵੱਲ ਪੁਲਿਸ ਨੂੰ ਰਿਕੁਐਸਟ ਹੈ ਕਿ ਉਹ ਹੈਲਪ ਕਰਨ ਤੇ ਬੈਂਕ ਦੇ ਮੈਨੇਜਰ ਵੱਲੋਂ ਕੋਈ ਉਹ ਨਹੀਂ ਕੀਤਾ ਗਿਆ ਕਿ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ ਜਾਂ ਫਿਰ ਕਿਉਂਕਿ ਬਹੁਤ ਵੱਡੀ ਠੱਗੀ ਹੈਗੀ ਹੈ 13 ਲੱਖ ਰੁਪਏ ਦੀ ਬੈਂਕ ਮੈਨੇਜਰ ਵੱਲੋਂ ਐਸ ਸਟੇਟਮੈਂਟ ਸੀ ਕਿ ਇਹ ਬੈਂਕ ਦਾ ਜਿਹੜਾ ਹੈ ਟੋਲ ਫਰੀ ਨੰਬਰ ਹੀ ਨਹੀਂ ਹੈ ਇਹ ਤਾਂ ਕੋਈ ਹੋਰ ਨੰਬਰ ਹੈ ਅਸੀਂ ਐਪ ਡਾਊਨਲੋਡ ਕਰੀ নেট ਤੋਂ ਐਪ ਡਾਊਨਲੋਡ ਨੈਟ ਤੋਂ ਹੋਣ ਤੋਂ ਬਾਅਦ ਸਾਨੂੰ ਬੈਂਕ ਵੱਲੋਂ ਆਉ ਰਹੀ ਹੈ ਤੇ ਸਾਡਾ ਨੰਬਰ ਹੀ ਨਹੀਂ ਹੈ ਜੀ ਇਸ ਟਾਈਪ ਦੇ ਬਹੁਤ ਨੰਬਰ ਹੈ ਮਾਰਕੀਟ 'ਚ ਹੋਰ ਵੀ ਬਹੁਤ ਨੰਬਰ ਹੋਣਗੇ ਮਤਲਬ ਉਹਨਾਂ ਵੱਲੋਂ ਕੋਈ ਐਸੀ ਕੋਈ ਰਿਸਪਾਂਸ ਨਹੀਂ ਆਇਆ ਤੁਸੀਂ ਕਹਿ ਨਹੀਂ ਗਏ ਕਿ ਜੇ ਇਹ ਜਿਹੇ ਨੰਬਰ ਨੇ ਤਾਂ ਉਹ ਲੋਕ ਬੰਦ ਕਿਉਂ ਨਹੀਂ ਕਰਵਾਉਂਦੇ ਇਹਨਾਂ ਨੂੰ ਕਿਉਂਕਿ ਆਮ ਬੰਦਾ ਤਾਂ Google ਤੇ ਜਾ ਕੇ ਹੀ ਸਰਚ ਮਾਰੇਗਾ ਕਿ ਪੀਐਨਬੀ ਦੇ ਜੋ ਕੰਪਲੇਂਟਸ ਨੰਬਰ ਹੈਗੇ ਜਾਂ ਕਹਦੇ ਕੀ ਹੈ ਉਹ ਇਹ ਕੇਅਰ ਬੈਂਕ ਵਾਲਿਆਂ ਨੂੰ ਲੇਕਿਨ ਉਹਨਾਂ ਵੱਲੋਂ ਕੋਈ ਸਫੀਸ਼ੀਐਂਟ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਨੇ ਸਿਰਫ ਇੱਕ ਕੰਪਲੇਂਟ ਆਪਣੇ ਵੱਲੋਂ ਲਿਖ ਲਈ ਕਿ ਹਾਂ ਜੀ ਤੁਹਾਡੇ ਅਕਾਊਂਟ ਚ ਇੰਨੇ ਕਾਊਂਟਰਸ ਪੈਸੇ ਨਿਕਲੇ ਨੇ ਸਟੈਂਪ ਲਾ ਕੇ ਦੇ ਦਿੱਤੇ ਤੇ ਇਹ ਕਹਿੰਦੇ ਤੁਸੀਂ ਪੁਲਿਸ ਚ ਜਾਓ ਪੁਲਿਸ ਦਾ ਕੰਮ ਹੈ ਪੀ ਐਨ ਬੀ ਦੇ ਕਿਹੜੇ ਅਫੀਸ਼ੀਅਲ ਸੀਗੇ ਜੀ ਮੈਨੇਜਰ ਸਾਹਿਬ ਸੀਗੇ ਕੌਣ ਸੀਗੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੈਕਟਰ 8 ਪੰਚਕੂਲਾ ਬ੍ਰਾਂਚ ਦੇ ਮੈਨੇਜਰ ਨੇ ਕਿ ਕਿ ਨਹੀਂ ਪਤਾ ਉਹਨਾਂ ਦਾ ਬਟ ਮੈਂ ਉਹਨਾਂ ਨੂੰ ਮਿਲ ਕੇ ਆਇਆ ਹਾਂ ਦੋ ਵਾਰ ਤੇ ਗਿਆ ਉਹਨਾਂ ਨਾਲ ਗੱਲਬਾਤ ਹੋਈ ਤੇ ਹੁਣ ਪੁਲਿਸ ਤੇ ਉਮੀਦਾਂ ਲਾਈਆਂ ਹੋਣੀਆਂ ਸਾਰੀਆਂ ਤੁਸੀਂ ਮੈਨੂੰ ਤਾਂ ਸਿਰਫ ਪੁਲਿਸ ਤੇ ਉਮੀਦ ਹੈ ਕਿ ਉਹਨਾਂ ਦੀ ਹੈਲਪ ਨਾਲ ਹੀ ਇਹ ਕੰਮ ਪੁਲਿਸ ਨੂੰ ਰਿਕੁਐਸਟ ਹੈ ਕਿ ਇਸ 'ਤੇ ਬਰੀ ਹੈਲਪ ਕੀਤੀ ਜਾਵੇ। ਸੋ ਬੈਂਕਾਂ ਦੇ ਉੱਪਰ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਆਮ ਇੱਕ ਬੰਦੇ ਨੂੰ ਜਦੋਂ ਬੈਂਕਿੰਗ ਦੀ ਆਨਲਾਈਨ ਜਾ ਕੇ ਜਾਂ ਨੈੱਟ ਬੈਂਕਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਫ਼ ਜੀ ਗੱਲ ਹੈ ਕਿ ਉਹ ਜਾਂ ਤਾਂ ਉਹ ਕੋਈ ਐਪ ਲੋਡ ਕਰੇਗਾ ਜਾਂ ਫਿਰ ਗੂਗਲਸ ਤੇ ਜਾਏਗਾ ਤੇ ਬਾਅਦ ਦੇ ਵਿੱਚੋਂ ਜਦੋਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਬੈਂਕਾਂ ਵੱਲ ਇਹ ਕਹਿੰਦੇ ਨੇ ਜੀ ਕਿ ਇਹ ਸਾਡਾ ਨੰਬਰ ਹੀ ਨਹੀਂ ਜੇਕਰ ਬੈਂਕ ਹੀ ਇਸ ਦੇ ਵਾਸਤੇ ਜ਼ਿੰਮੇਵਾਰ ਨਹੀਂ ਨੇ ਬੈਂਕਾਂ ਦੀ ਇਹ ਰਿਸਪੌਂਡਿੰਗਨੈਸ ਨਹੀਂ ਹੈ ਤਾਂ ਫਿਰ ਕੀ ਦੀ ਹੈ ਕਿਉਂਕਿ ਅਸੀਂ ਲੋਕ ਤਾਂ ਬੈਂਕਾਂ ਦੇ ਉੱਤੇ ਵਿਸ਼ਵਾਸ ਕਰਕੇ ਆਪਣੀ ਮਿਹਨਤ ਦੀ ਕਮਾਈ ਬੈਂਕਾਂ ਦੇ ਵਿੱਚ ਰੱਖਦੇ ਹਾਂ ਕਿ ਕੋਈ ਇੱਥੋਂ ਨਹੀਂ ਲਿਜਾ ਸਕੇਗਾ ਤੇ ਉਹ ਬਿਨਾਂ ਉੱਥੇ ਪਹੁੰਚੇ ਹੀ ਆਨਲਾਈਨ ਹੀ ਪੈਸੇ ਉਡਾ ਲੱਤੇ ਜਾਂਦੇ ਨੇ ਤੇ ਮੁੜ ਕੇ ਬੈਂਕਾਂ ਵਾਲਿਆਂ ਦਾ ਇਹ ਜਵਾਬ ਕਿ ਜੀ ਅਸੀਂ ਪੈਸੇ ਵਾਪਸ ਆਣਗੇ ਇਹ ਵੀ ਅਸ਼ੋਰੈਂਸ ਤੁਹਾਨੂੰ ਨਹੀਂ ਦੇ ਸਕਦੇ ਤੁਸੀਂ ਪੁਲਿਸ ਕੋਲ ਜਾਓ ਤਾਂ ਫਿਰ ਸਾਡੇ ਪੈਸੇ ਕਿੱਥੇ ਸੇਫ ਨੇ ਅਸੀਂ ਮੋਦੀ ਸਰਕਾਰ ਨੂੰ ਇਹ ਸਵਾਲ ਵੀ ਖੜਾ ਕਰਦੇ ਹਾਂ ਕਿ ਸੀਤਾਰਾਮਨ ਜੋ ਕਿ ਸਾਡੇ ਫైనాన్స్ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੋਈ ਸਖਤ ਕਦਮ ਉਠਾਏ ਜਾਣੇ ਚਾਹੀਦੇ ਨੇ ਕਿ ਕਿਉਂ ਇਹ ਜਿਹੜੀਆਂ ਠੱਗੀਆਂ ਹੈਗੀਆਂ ਨੇ ਆਨਲਾਈਨ ਇਹ ਵੱਜ ਰਹੀਆਂ ਨੇ ਆਖਿਰ ਕਦੋਂ ਤੱਕ ਆਮ ਬੰਦਿਆਂ ਨਾਲ ਇਹ ਖਿਲਵਾੜ ਹੁੰਦਾ ਰਹੇਗਾ ਕੀ ਸਾਡੇ ਪੈਸੇ ਕਦੇ ਬੈਂਕਾਂ ਦੇ ਵਿੱਚ ਸੇਫ ਨਹੀਂ ਰਹਿਣਗੇ ਅਗਰ ਕਿਸੇ ਦਾ ਪੈਸਾ ਚਲਾ ਵੀ ਜਾਂਦਾ ਹੈ ਤਾਂ ਕਿੰਨੇ ਪੈਸੇ ਅਜਿਹੇ ਨੇ ਜਿਹੜੇ ਕਿ ਬੈਂਕ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਆਪਣੇ ਕੋਲੋਂ ਉਸ ਕਸਟਮਰ ਨੂੰ ਦਵੇ ਆਪਣੇ ਗਾਹਕ ਨੂੰ ਦਵੇ ਜਿਨੇ ਕਿ ਬੈਂਕ ਦੇ ਬੈਂਕ ਦੀ ਆਪਰੇਸ਼ਨ ਦੇ ਉੱਪਰ ਆਪਣਾ ਵਿਸ਼ਵਾਸ ਕਰਕੇ ਉੱਥੇ ਪੈਸੇ ਜਮ੍ਹਾਂ ਕਰਾਏ ਨੇ ਫਿਲਹਾਲ ਰੀਸ਼ ਕੁਲਰਟੀ ਜੀ ਪੁਲਿਸ ਦੇ ਕੋਲ ਜਾ ਗਏ ਹੈਗੇ ਨੇ ਉਹਨਾਂ ਨੇ ਆਪਣੀ ਕੰਪਲੇਂਟ ਦਰਜ ਕਰਾਈ ਹੈ ਸਾਈਬਰ ਕ੍ਰਾਈਮ ਮੁਹਾਲੀ ਦੇ ਕੋਲ ਅਸੀਂ ਦੇਖਦੇ ਹਾਂ ਕਿ ਹੁਣ ਜੋ ਅੱਗੇ ਪ੍ਰੋਸੀਜਰ ਹੈਗਾ ਜਾਂ ਅੱਗੇ ਜੋ ਕੁਝ ਵੀ ਐਕਸ਼ਨ ਹੁੰਦਾ ਹੈ ਉਹ ਮੁਹਾਲੀ ਪੁਲਿਸ ਵੱਲੋਂ ਲਿਆ ਜਾਣਾ ਕਿ ਇਹਨਾਂ ਦੇ ਪੈਸੇ ਕਿੰਨੀ ਦੇਰ ਦੇ ਵਿੱਚ ਵਾਪਸ ਇਹਨਾਂ ਨੂੰ ਲਿਆ ਕੇ ਦਿੱਤੇ ਜਾਂਦੇ ਨੇ ਜਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਦੁਆਰਾ ਤੋਂ ਡਿਪੋਜ਼ਿਟ ਕਰਵਾਏ ਜਾਂਦੇ ਨੇ ਕੈਮਰਾਮੈਨ ਸੋਨਦੀ ਦੇ ਨਾਲ ਸੁਸ਼ੀਲ ਗਰਚਾ ਦੈਨਿਕ ਸਵੇਰਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर चौरानवे छह सौ संताली ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨਨੀ ਰੂਹਾਨੀ ਅਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਬਸ਼ਿਕਰਨ ਕਰਵਾਓ ਮੰਚਾਹ ਪਿਆਰ ਪਾਓ ਲੰਬ ਮੈਰਿਜ ਸੋਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚੁਰਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ জানੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਸਦੀ ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇ 85858838617